ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਦੋਂ ਇਹ ਅੰਕੜੇ ਸਾਫ਼ ਹੁੰਦੇ ਨੇ ਕਿ ਸੈਂਟਰ ਦੇ ਵਿੱਚ ਕਾਂਗਰਸ ਦੀ ਸਰਕਾਰ ਆ ਰਹੀ ਹੈ ਅਤੇ ਬੀਜੇਪੀ ਸਰਕਾਰ ਨੂੰ ਬਾਏ ਬਾਏ ਲੋਕਾਂ ਨੇ ਕਹਿ ਦਿੱਤਾ, ਉਹਦਾ ਸਭ ਤੋਂ ਵੱਡਾ ਜਿਹੜਾ ਅੰਕੜਾ ਹੈ ਬੁੱਧੀਜੀਵੀ ਲੋਕਾਂ ਨੇ ਸਾਹਮਣੇ ਲੈ ਕੇ ਆਉਂਦਾ, ਉਹ ਇਹ ਹੈ ਕਿ ਦਿੱਲੀ ਦੀਆਂ ਬਰੂਹਾਂ 'ਤੇ ਕਿਸਾਨ ਮਜ਼ਦੂਰ ਬੈਠੇ ਰਹੇ, MSP ਦੀ ਮੰਗ ਰੱਖੀ ਗਈ। ਬੀਜੇਪੀ ਸਰਕਾਰ ਜਾਣੀ ਕਿ ਮੋਦੀ ਸਰਕਾਰ ਦੀ ਕੰਨ 'ਤੇ ਜੂੰ ਨਹੀਂ ਸਰਕੀ, 750 ਕਿਸਾਨ ਸ਼ਹੀਦ ਹੋਇਆ, ਇਹ ਸੱਚਾਈ ਹੈ। ਅਤੇ ਜਿਹੜੀ ਮੈਂ ਕਾਂਗਰਸ ਸਰਕਾਰ ਦੀ ਸੈਂਟਰ ਵਿੱਚ ਆਉਣ ਦੀ ਗੱਲ ਕਰਦਾ, ਉਹਦੇ ਦੋ ਅੰਕੜੇ ਤੈਅ ਕਰਦੇ ਨੇ। ਉਹ ਅੰਕੜੇ ਕਿਹੜੇ ਨੇ? ਇੱਕ ਤਾਂ ਜਿਹੜਾ ਕਾਂਗਰਸ ਪਾਰਟੀ ਦਾ ਮੈਨੀਫੈਸਟੋ ਹੈਗਾ, ਉਹਦੇ ਵਿੱਚ ਉਹਨਾਂ ਨੇ ਗਰੰਟੀ ਦੇ ਨਾਲ ਲਿਖਤੀ ਰੂਪ ਵਿੱਚ ਇਹ ਕਹਿ ਦਿੱਤਾ ਕਿ ਅਸੀਂ MSP ਜਿਹੜੀ ਹੈ ਉਹ 23 ਫਸਲਾਂ 'ਤੇ, ਟੋਟਲ ਫਸਲਾਂ 'ਤੇ ਦੇਵਾਂਗੇ। ਇਹ ਗਰੰਟੀ ਹੈ ਬਹੁਤ ਵੱਡੀ। ਮੋਦੀ ਸਰਕਾਰ ਦੇ ਮੈਨੀਫੈਸਟੋ ਵਿੱਚ ਇਹ ਗਰੰਟੀ ਹੈ ਨਹੀਂ, ਇਸ ਚਾਹੀ ਹੈ। ਦੂਜੀ ਗੱਲ ਜਿਹੜੀ ਨਾਲ ਮਜ਼ਦੂਰ ਦੀ ਗੱਲ ਕੀਤੀ ਹੈ, ਜਿਹੜੀ ਨਰੇਗਾ ਸਕੀਮ ਹੈ, ਸਭ ਤੋਂ ਪਹਿਲਾਂ ਤਾਂ ਤੁਹਾਨੂੰ ਇਹ ਸੋਚਣ ਲਈ ਮਜਬੂਰ ਹੋਣਾ ਪੈਣਾ ਕਿ ਇਹ ਜਿਹੜੀ ਸਕੀਮ ਹੈ ਇਹ ਕਾਂਗਰਸ ਪਾਰਟੀ ਨੇ ਲਾਗੂ ਕੀਤੀ ਹੋਈ ਹੈ, ਇਹ ਸੱਚਾਈ ਹੈ। ਹੁਣ ਜਿਹੜੀ ਨਰੇਗਾ ਦੀ ਸਕੀਮ ਹੈ ਉਹਦੇ ਵਿੱਚ 400 ਰੁਪਈਆ ਦਿਹਾੜੀ ਤੈਅ ਕਰ ਦਿੱਤੀ ਗਰੰਟੀ ਤੌਰ 'ਤੇ ਕਾਂਗਰਸ ਨੇ ਮੈਨੀਫੈਸਟੋ ਦੇ ਵਿੱਚ। ਇਹ ਬਹੁਤ ਵੱਡਾ ਜਿਹੜਾ ਸੱਚ ਹੈ ਔਰ ਜਿਹੜੇ ਅੰਕੜੇ ਨੇ, ਇਹ ਸੈਂਟਰ ਦੇ ਵਿੱਚ ਕਾਂਗਰਸ ਦੀ ਸਰਕਾਰ ਬਣਾਉਣਾ ਜਾਣੀ ਕਿ ਸਰਕਾਰ ਬਣਨੀ ਤੈਅ ਕਰਦੇ ਨੇ। ਅਤੇ ਇੱਕ ਗੱਲ ਮੈਂ ਹੋਰ ਤੁਹਾਡੇ ਨਾਲ ਸਾਂਝੀ ਕਰ ਰਹੀ ਹਾਂ, ਉਹ ਹੱਡ ਬੀਤੀ ਹੈ। ਕੱਲ੍ਹ ਜਦੋਂ ਅਸੀਂ ਸਰਦੂਲਗੜ੍ਹ ਦੇ ਪਿੰਡਾਂ ਦੇ ਵਿੱਚ ਵਿਚਰੇ ਹਾਂ, ਉੱਥੇ ਕੁਝ ਬੀਬੀਆਂ ਪ੍ਰੋਗਰਾਮ ਦੇ ਵਿੱਚ ਆਈਆਂ ਅਤੇ ਉਹਨਾਂ ਨੇ ਇਹ ਸਾਫ਼ ਕਹਿ ਦਿੱਤਾ, ਉਹ ਕਹਿੰਦੀਆਂ ਜੀ ਭਗਵੰਤ ਮਾਨ ਨੇ ਅਤੇ ਮੋਦੀ ਨਰਿੰਦਰ ਮੋਦੀ ਨੇ ਇੱਕ ਸਾਨੂੰ ਲਾਰਾ ਲਾਇਆ। ਉਹ ਲਾਰਾ ਕਿਹੜਾ ਸੀ? ਕਹਿੰਦੇ ਮੋਦੀ ਸਰਕਾਰ ਨੇ ਇਹ ਕਿਹਾ ਕਿ ਤੁਹਾਡੇ ਅਕਾਊਂਟਾਂ ਦੇ ਵਿੱਚ 15-15 ਲੱਖ ਰੁਪਈਆ ਆਓ, ਅਤੇ ਭਗਵੰਤ ਮਾਨ ਨੇ ਪੰਜਾਬ ਦੇ ਵਿੱਚ ਕਿਹਾ ਕਿ ਤੁਹਾਡੇ ਅਕਾਊਂਟਾਂ ਦੇ ਵਿੱਚ, ਬੀਬੀਆਂ ਦੇ ਅਕਾਊਂਟਾਂ ਵਿੱਚ 1000-1000 ਰੁਪਈਆ ਆਓ। ਕਹਿੰਦੇ ਇਹ ਦੋਨੋਂ ਹੀ ਲਾਰੇ ਨਿਕਲੇ, ਦੋਨੋਂ ਹੀ ਝੂਠ ਨਿਕਲੇ। ਅਤੇ ਕਾਂਗਰਸ ਪਾਰਟੀ ਨੇ MSP ਵੀ ਗਰੰਟੀ ਤੌਰ 'ਤੇ ਮੈਨੀਫੈਸਟੋ ਦੇ ਵਿੱਚ ਲਿਖ ਦਿੱਤੀ, ਅਤੇ ਜਿਹੜੀ ਨਰੇਗਾ ਸਕੀਮ ਹੈ ਮਜ਼ਦੂਰ ਦੇ ਲਈ ਉਹ ਕਾਂਗਰਸ ਪਾਰਟੀ ਲੈ ਕੇ ਆਈ ਹੈ, ਅਤੇ ਹੁਣ ਦਿਹਾੜੀ 400 ਰੁਪਈਆ ਤੈਅ ਕਰ ਦਿੱਤੀ, ਜਿਹੜੀ ਮਨਰੇਗਾ ਦੀ ਦਿਹਾੜੀ ਹੈ ਨਾ ਉਹ ਤੈਅ ਕਰ ਦਿੱਤੀ। ਹੁਣ ਜਿਹੜੀਆਂ ਬੀਬੀਆਂ ਗੱਲ ਕਰਦੀਆਂ ਸੀ ਉਹ ਕਹਿੰਦੀਆਂ ਵੀ ਇਹ ਸਾਡੀ ਮਿਹਨਤ ਹੈ, ਅਤੇ ਕਹਿੰਦੀ ਇਹ ਮਿਹਨਤ ਦੀ ਜਿਹੜੀ ਕਮਾਈ ਹੈ ਅਸੀਂ ਖਾਣਾ ਪਸੰਦ ਕਰਾਂਗੇ। ਔਰ ਉਹਨਾਂ ਨੇ ਧੰਨਵਾਦ ਕੀਤਾ ਕਾਂਗਰਸ ਪਾਰਟੀ ਦਾ ਕਿ ਸਾਡੇ ਲਈ 400 ਦਿਹਾੜੀ ਮਨਰੇਗਾ ਦੀ ਮੈਨੀਫੈਸਟੋ ਵਿੱਚ ਪੱਕੀ ਕਰ ਦਿੱਤੀ। ਕਹਿੰਦੇ ਅਸੀਂ ਪਹਿਲਾਂ ਵੀ ਕਾਂਗਰਸ ਨੂੰ ਵੋਟ ਪਾਈ ਸੀ, ਹੁਣ ਕਹਿੰਦੇ ਹੋਰ ਜ਼ਿਆਦਾ ਮੈਂਬਰ ਜੁੜ ਗਏ ਕਾਂਗਰਸ ਪਾਰਟੀ ਦੇ ਨਾਲ ਮਨਰੇਗਾ ਕਰਕੇ, ਜਿਹੜੀ ਇਹ ਦਿਹਾੜੀ ਮੈਨੀਫੈਸਟੋ ਵਿੱਚ ਦੇ ਵਿੱਚ ਪੱਕੀ ਕਰ ਦਿੱਤੀ। ਮੈਂ ਗੱਲ ਇਹ ਤਾਂ ਕੀਤੀ ਹੈ
ਕਿਉਂਕਿ ਮਜ਼ਦੂਰ ਦੇ ਲਈ ਅਤੇ ਕਿਸਾਨ ਦੇ ਲਈ ਇਹ ਦੋ ਚੀਜ਼ਾਂ ਜ਼ਰੂਰੀ ਨੇ। ਜਦੋਂ ਤੁਸੀਂ ਕਿਸੇ ਦੇਸ਼ ਦੀ ਤਰੱਕੀ ਦੀ ਗੱਲ ਕਰਦੇ ਹੋ ਜਾਂ ਸਿੱਖ ਫਿਲੋਸਫੀ ਦੀ ਗੱਲ ਕਰਦੇ ਹੋ, ਉਦੋਂ ਇਹ ਅੰਕੜੇ ਸਾਡੇ ਗੁਰੂ ਸਾਹਿਬਾਨ ਨੇ ਵੀ ਬਹੁਤ ਹਾਈ ਲੈਵਲ 'ਤੇ ਲੋਕਾਂ ਦੇ ਸਾਹਮਣੇ ਰੱਖੇ ਨੇ ਕਿ ਕਿਸੇ ਮੁਲਕ ਦੀ ਤਰੱਕੀ ਵਾਸਤੇ ਸਭ ਤੋਂ ਵੱਡਾ ਰੋਲ ਜੇ ਹੈਗਾ ਉਹ ਕਿਸਾਨ ਅਤੇ ਮਜ਼ਦੂਰ ਦਾ। ਅਤੇ ਮੋਦੀ ਸਰਕਾਰ ਨੇ ਨਾ ਕਿਸਾਨਾਂ ਦੀ ਗੱਲ ਸੁਣੀ ਹੈ ਅਤੇ ਨਾ ਕਿਸੇ ਮਜ਼ਦੂਰ ਦੀ ਗੱਲ ਸੁਣੀ ਹੈ। ਇਹ ਕੋਈ ਚਾਪਲੂਸੀ ਨਹੀਂ, ਇਹ ਕਾਂਗਰਸ ਦਾ ਜਿਹੜਾ ਮੈਨੀਫੈਸਟੋ ਉਹਦੇ ਵਿੱਚ ਜੋ ਲਿਖ ਦਿੱਤਾ ਗਿਆ ਮੈਂ ਉਹਦੀ ਗੱਲ ਕਰ ਰਿਹਾ। ਜਾਣੀ ਕਿ ਮਜ਼ਦੂਰ ਦੀ ਗੱਲ ਵੀ ਕਾਂਗਰਸ ਪਾਰਟੀ ਨੇ ਸੁਣ ਲਈ, ਮੈਨੀਫੈਸਟੋ ਦੇ ਵਿੱਚ ਲਿਖ ਦਿੱਤਾ ਜਿਹੜੀ ਨਰੇਗਾ ਸਕੀਮ ਹੈਗੀ ਹੈ ਉਹ ਦਿਹਾੜੀ 400 ਰੁਪਈਆ, ਅਤੇ ਕਿਸਾਨ ਦੀ ਗੱਲ ਵੀ ਸੁਣ ਲਈ ਕਿ MSP ਜਿਹੜੀ ਹੈ ਗਰੰਟੀ ਤੌਰ 'ਤੇ ਦਿੱਤੀ ਜਾਊ। ਜਾਣੀ ਕਿ ਬਹੁਤ ਵੱਡੀ ਸੱਚਾਈ ਹੈ। ਇਹ ਜਿਹੜੇ ਅੰਕੜੇ ਨੇ ਇਹ ਤੈਅ ਕਰਦੇ ਨੇ ਕਿ ਸੈਂਟਰ ਦੇ ਵਿੱਚ ਕਾਂਗਰਸ ਦੀ ਸਰਕਾਰ ਬਹੁਤ ਵੱਡੇ ਭਾਰੀ ਬਹੁਮਤ ਦੇ ਨਾਲ ਆ ਰਹੀ ਹੈ, ਅਤੇ BJP ਸਰਕਾਰ ਨੂੰ ਮੋਦੀ ਸਰਕਾਰ ਨੂੰ ਸਿੱਧਾ ਕਹਿ ਦਿੱਤਾ ਕਿ ਤੁਹਾਡੇ ਅੱਗੇ ਹੱਥ ਜੋੜੇ, ਹੁਣ ਜਿਹੜਾ ਰਹਿੰਦਾ ਭਾਰਤ ਹੈ ਅਤੇ ਉਹਨੂੰ ਅਸੀਂ ਬਚਾਉਣਾ। ਜੇ ਮੋਦੀ ਸਾਹਿਬ ਤੀਜੀ ਵਾਰ ਆ ਜਾਂਦੇ ਤਾਂ ਜਿਹੜਾ ਬਚਿਆ ਖੁਸ਼ਿਆ ਭਾਰਤ ਸੀ ਉਹਨੂੰ ਵੀ ਇਹ ਖਤਮ ਕਰ ਦਿੰਦੇ। ਜਾਣੀ ਕਿ ਜਿਹੜੀਆਂ ਦੋ ਸਕੀਮਾਂ ਨੇ ਨਾ ਮੈਨੀਫੈਸਟੋ ਦੇ ਵਿੱਚ ਪਾਈਆਂ ਕਾਂਗਰਸ ਸਰਕਾਰ ਨੇ, ਮਨਰੇਗਾ ਦੀ ਦਿਹਾੜੀ 400 ਰੁਪਈਆ ਤੈਅ ਕਰਨੀ ਅਤੇ MSP ਪੱਕੇ ਤੌਰ 'ਤੇ ਗਰੰਟੀ ਦੇਣੀ, ਇਹ ਕਾਂਗਰਸ ਸਰਕਾਰ ਬਣਨ ਲਈ ਸੈਂਟਰ ਦੇ ਵਿੱਚ ਦੋਨੋਂ ਸਕੀਮਾਂ ਦੋਨੋਂ ਪੋਲਿਸੀਆਂ ਤੈਅ ਕਰਦੀਆਂ ਨੇ। ਲੋਕ ਖੁਸ਼ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।